ਹੈਲੋ ਐਵਰੀਵਨ ਦੋਸਤੋ ਅੱਜ ਆਪਾਂ ਥੋੜਾ ਜਿਹਾ ਚਾਂਦਨੀ ਚੌਂਕ ਗਏ ਸੀਗੇ ਉੱਥੋਂ ਥੋੜਾ ਜਿਹਾ ਸਮਾਨ ਵੀ ਲੈ ਕੇ ਆਏ ਜੇ ਆਪਾਂ ਮੰਦਰ ਵਾਸਤੇ ਤੁਹਾਨੂੰ ਦਿਖਾਉਂਦੇ ਆ ਆਈਟਮਾਂ ਇਹ ਦਿੱਲੀ ਦੇ ਵਿੱਚ ਤਾਂ ਸਮਾਨ ਸਮੂਨ ਬਹੁਤ ਸਸਤਾ ਹੀ ਹੈ ਜ਼ਿਆਦਾ ਨਹੀਂ ਹੈ ਪ੍ਰਾਈਜ਼ ਇਹਦਾ ਮੈਂ ਤੁਹਾਨੂੰ ਦਿਖਾਉਂਦੇ ਇੱਕ ਓਮ ਇਹਦਾ ਪ੍ਰਾਈਜ਼ ਹੈ ਟੋਟਲ 200 ਇੱਕ ਹੋਰ ਆਈਟਮ ਮੈਨੂੰ ਬਹੁਤ ਵਧੀਆ ਲੱਗੀ ਲਾਈਟ ਵਗੈਰਾ ਕਈ ਵਾਰੀ ਜਿਵੇਂ ਹੁਣ ਦੀਪਾਵਲੀ ਆ ਰਹੀ ਹੈ ਸਾਰਿਆਂ ਨੂੰ ਘਰੇ ਜ਼ਰੂਰਤ ਹੁੰਦੀ ਹੈ ਇਹੋ ਜਿਹੀਆਂ ਆਈਟਮਾਂ ਦੀ ਲਓ ਜੀ ਆਹ ਮੈਨੂੰ ਬਹੁਤ ਵਧੀਆ ਲੱਗੀ ਆਈਟਮ ਨਾਲ ਇਹਦੇ ਸਟੈਂਡ ਵੀ ਹੈ ਲਾਈਟ ਲਾਉਣ ਵਾਸਤੇ ਇਸ ਤਰ੍ਹਾਂ ਇਹ ਫਿੱਟ ਹੋ ਜਾਂਦੀ ਹੈ ਜਿਵੇਂ ਆਪਾਂ ਆਪਣੇ ਲਾਉਂਦੇ ਹਾਂ ਘਰਾਂ 'ਚ ਆਮ ਅਤੇ ਨਾਲ ਇਹਦੇ ਰਿਮੋਟ ਵੀ ਹੈ ਅਤੇ ਇਹਦਾ ਪ੍ਰਾਈਜ਼ ਡੱਬੇ 'ਤੇ ਤਾਂ ਵੈਸੇ ਨਹੀਂ ਲਿਖ ਰੱਖਿਆ ਇਹਦਾ ਰੇਟ ਹੈ 500 ਚਲੋ ਕੋਈ ਨਾ ਫਿਰ ਚਾਲੂ ਕਰਕੇ ਦਿਖਾਉਣਾ ਤੁਹਾਨੂੰ ਦੋਸਤੋ ਮੈਂ ਵਾਓ ਇਹਦੇ ਵਿੱਚ ਕਾਫੀ ਜ਼ਿਆਦਾ ਫੰਕਸ਼ਨ ਆ ਤੁਸੀਂ ਰਿਮੋਟ ਤੋਂ ਚੇਂਜ ਵੀ ਕਰ ਸਕਦੇ ਹੋ ਦੇਖਦਾ ਹਾਲੇ ਰਿਮੋਟ ਚਾਲੂ ਕਰਕੇ ਤੁਹਾਨੂੰ ਦਿਖਾਉਣਾ ਕੀ ਫੰਕਸ਼ਨ ਆ ਇਹ 'ਚ ਰਿਮੋਟ ਤੋਂ ਕਲਰ ਇਹਦੇ ਚੇਂਜ ਹੁੰਦੇ ਆ ਡਾਰਕ ਕਰ ਸਕਦੇ ਹੋ ਲਾਈਟ ਕਰ ਸਕਦੇ ਹੋ ਲੇਕਿਨ ਤੁਹਾਨੂੰ ਕਲਰ ਕਲੀਅਰ ਨਹੀਂ ਦਿਖਾ ਰਹੇ ਲਾਈਟ ਪੈ ਰਹੀ ਹੈ ਨਾ ਫਰੰਟ ਤੋਂ ਇਸ ਤਰ੍ਹਾਂ ਕੋਈ ਵੀ ਕਲਰ ਇਹਦੇ ਵਿੱਚੋਂ ਤੁਸੀਂ ਆਪਣਾ ਚੋਇਸ ਨਾਲ ਕਰ ਸਕਦੇ ਹੋ ਲਾ ਲਾਈਟ ਕਰਨਾ ਜਾਂ ਡਾਰਕ ਕਰਨਾ ਠੀਕ ਹੈ ਕਿਵੇਂ ਲੱਗੀ ਆਈਟਮ ਦੱਸੋ ਪਲੀਜ਼ ਦੋਸਤੋ ਕਮੈਂਟ ਕਰਕੇ ਚਲੋ ਠੀਕ ਆ ਓਕੇ ਬਾਈ ਫਿਰ ਮਿਲਦੇ ਹਾਂ